ਕਿਉਂਕਿ ਦੁੱਲੋ ਸਾਹਿਬ ਨੂੰ ਪਾਰਟੀ ਨੇ ਬਣਾਇਆ ਲੋਕ ਸਭਾ 'ਚ, ਰਾਜ ਸਭਾ 'ਚ, ਅਤੇ ਉਲਟਾ ਦੁੱਲੋ ਸਾਹਿਬ ਨੇ ਕੀ ਕੀਤਾ ਮੇਰੇ ਬੜੀ ਭਲੀ ਭਾਂਤ ਯਾਦ ਆ, 2009 'ਚ ਜਦੋਂ ਸੁਖਦੇਵ ਸਿੰਘ ਲਿਬੜਾ ਨੂੰ ਟਿਕਟ ਮਿਲੀ ਸੀ ਉਹ ਦੁੱਲੋ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ। ਇੱਥੇ ਵੀ ਖੰਨੇ 'ਚ ਵੀ ਕਈ ਵਾਰੀ ਪ੍ਰਧਾਨ ਸਾਹਿਬ ਵੀ ਆਏ ਨੇ, LOPP ਆਲੇ ਦੁਆਲੇ ਆ ਕੇ ਗਿਆ ਹੈ, ਨੇੜੇ ਆਇਆ, ਕਿਆ ਉਹ ਸਾਨੂੰ ਫੋਨ ਵੀ ਨਹੀਂ ਕਰ ਸਕਦੇ? ਦੁੱਲੋ ਸਾਹਿਬ ਐਜ ਏ ਰਾਜ ਸਭਾ ਦੇ ਮੈਂਬਰ ਉਸ ਰੈਲੀ ਦੇ ਵਿੱਚ ਨਹੀਂ ਆਏ। ਦੇਖ ਲਓ ਤੁਸੀਂ ਡਿਸਿਪਲਿਨ ਕਿੱਥੇ ਜਾਂਦਾ, ਕਿਉਂਕਿ ਜਿਹੜੀ ਯੰਗਰ ਜਨਰੇਸ਼ਨ ਹੈ ਕਹਿੰਦੇ ਇਹਨਾਂ ਨੂੰ ਸਸਤੇ ਅਹੁਦੇ ਮਿਲ ਗਏ, ਮਿਹਨਤ ਜੇ ਕੀਤੀ ਹੁੰਦੀ ਫਿਰ ਪਤਾ ਲੱਗਦਾ। ਤੇ ਇਹ ਤਾਂ ਫਿਰ ਦੁੱਲੋ ਸਾਹਿਬ ਹੀ ਦੱਸ ਦੇਣਾ ਉਹਨਾਂ ਨੇ 7-8 ਚੋਣਾਂ ਲੜੀਆਂ ਨੇ ਵੀ ਉਹ ਪੈਸੇ ਦੇ ਕੇ ਲੜਦੇ ਰਹੇ ਨੇ ਜਾਂ ਆਪਣੇ ਪਾਰਟੀ ਲੜਾਉਂਦੀ ਰਹੀ ਹੈ, ਇਹ ਬੇਬੁਨਿਆਦ ਦੋਸ਼ ਨੇ। ਇਸ ਤਰ੍ਹਾਂ ਕਾਂਗਰਸ ਮਜ਼ਬੂਤ ਹੋ ਜੂ, ਸਾਡੀਆਂ ਤਾਂ ਜੜ੍ਹਾਂ ਬੜੀਆਂ ਡੂੰਘੀਆਂ। ਇਹ ਤਾਂ MLA MP ਬਣਨਾ ਬੜਾ ਬਣ ਜਾਂਦਾ ਜਲਦੀ, ਲੀਡਰ ਬਣਨਾ ਬੜਾ ਔਖਾ। ਉਹ ਹੁਣ ਹਾਈਕਮਾਨ ਨਾਲ ਗੱਲ ਕਰਨਗੇ, ਪੰਜਾਬ ਕਾਂਗਰਸ ਤੇ ਅਸੀਂ ਸਾਰੇ ਨਹੀਂ ਚਾਹੁੰਦੇ ਇੰਡੀਆ ਅਲਾਈਅੰਸ 'ਚ, ਪੰਜਾਬ 'ਚ ਖਾਸ ਕਰਕੇ ਆਮ ਪਾਰਟੀ ਨਾਲ ਸਮਝੌਤਾ। ਕਾਂਗਰਸ ਸਾਡੀ ਹੈ, ਮੇਰੀ ਨਾ ਕਹਿਣ, ਇਹ ਮੇਰੀ ਬਹੁਤੀ ਦੇਰ ਨਹੀਂ ਚੱਲਦੀ ਕਿਸੇ ਵੀ ਹੋਵੇ। ਇਹੋ ਜਿਹੇ ਡਿਫੈਕਟਰਾਂ ਲਿਆ ਕੇ ਬਾਹਰੋਂ ਉਹਨਾਂ ਨੂੰ ਸਾਡੇ ਸਿਰਾਂ 'ਤੇ ਬਹਾਇਆ ਹੈ, ਇਹ ਕਾਂਗਰਸ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ। ਦੇਖੋ ਜਦੋਂ ਅਸੀਂ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਕਰਦੇ ਹਾਂ, ਵਿਸ਼ੇਸ਼ ਤੌਰ 'ਤੇ ਹਲਕਾ ਇੰਚਾਰਜ ਨੂੰ ਦੱਸਿਆ ਜਾਂਦਾ, ਬਲੋਕ ਪ੍ਰਧਾਨ ਸਾਹਿਬਾਨਾਂ ਨੂੰ ਦੱਸਿਆ, ਖਾਸ ਕਰਕੇ ਇਹ ਵੀ ਕਿਹਾ ਜਾਂਦਾ ਵੀ ਦੁੱਲੋ ਸਾਹਿਬ ਨੂੰ ਜੋ ਸੀਨੀਅਰ ਲੀਡਰ ਨੇ ਉਹਨਾਂ ਸਾਰਿਆਂ ਨੂੰ ਮੈਸੇਜ ਕਨਵੇ ਕਰੋ। ਕਈ ਵਾਰ ਦੁੱਲੋ ਸਾਹਿਬ ਫੰਕਸ਼ਨਾਂ ਦੇ ਵਿੱਚ ਆਉਂਦੇ ਵੀ ਨੇ, ਕਿ ਦੁੱਲੋ ਸਾਹਿਬ ਦਾ ਇਹ ਗਿਲਾ ਜਾਇਜ਼ ਨਹੀਂ ਲੱਗਦਾ, ਕਿਉਂਕਿ ਦੁੱਲੋ ਸਾਹਿਬ ਨੂੰ ਪਾਰਟੀ ਨੇ ਬਣਾਇਆ ਲੋਕ ਸਭਾ 'ਚ, ਰਾਜ ਸਭਾ 'ਚ, ਅਤੇ ਉਲਟਾ ਦੁੱਲੋ ਸਾਹਿਬ ਨੇ ਕੀ ਕੀਤਾ ਮੇਰੇ ਬੜੀ ਭਲੀ ਭਾਂਤ ਯਾਦ ਆ, 2009 'ਚ ਜਦੋਂ ਸੁਖਦੇਵ ਸਿੰਘ ਲਿਬੜਾ ਨੂੰ ਟਿਕਟ ਮਿਲੀ ਸੀ ਉਹ ਦੁੱਲੋ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ। ਫਿਰ 2014 ਸਰਦਾਰ ਸਾਧੂ ਸਿੰਘ ਨੂੰ ਟਿਕਟ ਮਿਲੀ ਲੋਕ ਸਭਾ ਦੀ, ਉਹਦਾ ਡੱਟ ਕੇ ਵਿਰੋਧ ਕੀਤਾ। 2019 'ਚ ਜਦੋਂ ਡਾਕਟਰ ਅਮਰ ਸਿੰਘ ਨੂੰ MP ਦੀ ਚੋਣ ਲੜ ਰਹੇ ਸੀ ਤਾਂ ਖੰਨੇ 'ਚ ਸਾਡੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਸ਼੍ਰੀ ਰਾਹੁਲ ਗਾਂਧੀ ਜੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ, ਉਹ ਸੰਬੋਧਨ ਕਰਨ ਆਏ ਰੈਲੀ ਨੂੰ, ਤਾਂ ਦੁੱਲੋ ਸਾਹਿਬ ਐਜ ਏ ਰਾਜ ਸਭਾ ਦੇ ਮੈਂਬਰ ਉਸ ਰੈਲੀ ਦੇ ਵਿੱਚ ਨਹੀਂ ਆਏ। ਜੇ ਦੇਖ ਲਓ ਤੁਸੀਂ ਡਿਸਿਪਲਿਨ ਕਿੱਥੇ ਜਾਂਦਾ, ਜਦਕਿ ਪਾਰਟੀ ਨੇ ਰਾਜ ਸਭਾ 'ਚ ਬਣਾਇਆ ਵੀ ਰਾਹੁਲ ਗਾਂਧੀ ਜੀ ਸੰਬੋਧਨ ਕਰਨ ਆਉਣ, ਦੁੱਲੋ ਸਾਹਿਬ ਉਸ ਰੈਲੀ 'ਚ ਵੀ ਨਹੀਂ ਆਏ, ਵਿਸ਼ੇਸ਼ ਕਰਕੇ ਉਹਨਾਂ ਦੀ ਚੇਅਰ ਵੀ ਉੱਥੇ ਲੱਗੀ ਹੋਈ ਸੀ। ਸੋ ਮੈਂ ਨਹੀਂ ਜਾਣਦਾ ਵੀ ਸੁਨੇਹੇ ਨਹੀਂ ਦਿੱਤੇ ਜਾਂਦੇ। ਦੁੱਲੋ ਸਾਹਿਬ ਨੂੰ ਚਾਹੀਦਾ ਵੀ ਜੇ ਕੋਈ ਗੱਲਬਾਤ ਆ ਤਾਂ ਕਾਂਗਰਸ ਪਾਰਟੀ ਦਾ ਦਫ਼ਤਰ ਆ ਉੱਥੇ ਜਾਣ, ਗਾਈਡ ਕਰਨ, ਅਤੇ ਜਿਸ ਤਰ੍ਹਾਂ ਮੈਂ ਦੱਸਿਆ ਵੀ ਜਿਹੜੇ ਪ੍ਰਧਾਨ ਹੁੰਦੇ ਨੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ, ਦੁੱਲੋ ਸਾਹਿਬ ਆਪ ਪ੍ਰਧਾਨ ਰਹੇ ਨੇ, ਤਾਂ ਮੈਂ ਹੁਣ ਵੀ ਸਤਿਕਾਰ ਨਾਲ ਕਹਿਣਾ ਵੀ ਜੇ ਕੋਈ ਗੱਲਬਾਤ ਆ ਤਾਂ ਕਾਂਗਰਸ ਦਫ਼ਤਰ ਜਾਣ ਅਤੇ ਉੱਥੇ ਜਾ ਕੇ ਗਾਈਡ ਕਰਨ ਸਾਰੇ ਪ੍ਰਧਾਨ ਨੂੰ ਵੀ ਆਹ ਕੰਮ ਠੀਕ ਆ, ਆਹ ਕੰਮ ਗਲਤ ਆ। ਉੱਥੇ ਹੀ ਜਿਹੜੇ ਸ਼ਮਸ਼ੇਰ ਸਿੰਘ ਦਿੱਲੋਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਹੈਗਾ, ਆਹ ਜਿਹੜੀਆਂ ਕਾਂਗਰਸ ਦੇ ਵਿੱਚ ਨੇ ਜਿਹੜੇ ਨੇ ਵਿਕਦੇ ਨੇ ਉਹਨੂੰ ਵਿਕਦੇ ਨੇ ਉਹਨਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਂਦੀਆਂ ਨੇ, ਪੈਸੇ ਦੇ ਨਾਲ ਸਾਰਾ ਕੁਝ ਚੱਲਦਾ ਹੈਗਾ ਉੱਥੇ। ਬਿਲਕੁਲ ਬੇਬੁਨਿਆਦ ਆ। ਮੈਂ 3 ਇਲੈਕਸ਼ਨਾਂ ਕਾਂਗਰਸ ਪਾਰਟੀ ਦੀ ਲੜਿਆ, ਦਿੱਲੀ ਗਏ ਬਗੈਰ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਈਵਨ ਇਸ ਵਾਰ 2022 'ਚ ਵੀ ਮੈਨੂੰ ਟਿਕਟ ਘਰੇ ਬੈਠੇ ਨੂੰ ਮਿਲੀ ਆ। ਤਾਂ ਇਹ ਤਾਂ ਫਿਰ ਦੁੱਲੋ ਸਾਹਿਬ ਹੀ ਦੱਸ ਦੇਣਾ ਉਹਨਾਂ ਨੇ 7-8 ਚੋਣਾਂ ਲੜੀਆਂ ਨੇ ਵੀ ਉਹ ਪੈਸੇ ਦੇ ਕੇ ਲੜਦੇ ਰਹੇ ਨੇ ਜਾਂ ਆਪਣੇ ਪਾਰਟੀ ਲੜਾਉਂਦੀ ਰਹੀ ਆ, ਇਹ ਬੇਬੁਨਿਆਦ ਦੋਸ਼ ਨੇ, ਕਿਉਂਕਿ ਹੁਣ ਉਹ 80 ਸਾਲ ਦੇ ਤਕਰੀਬਨ ਲਗਭਗ ਹੋ ਚੱਲੇ ਨੇ, ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਗਾਈਡ ਕਰਨਾ ਚਾਹੀਦਾ, ਅਤੇ ਜੇ ਕਿਤੇ ਗਲਤ ਤਾਂ ਪ੍ਰਧਾਨ ਸਾਹਿਬ ਜਾਂ CLP ਨੂੰ ਬਹਿ ਕੇ ਕਾਂਗਰਸ ਸਭਾ ਦੱਸਣਾ ਚਾਹੀਦਾ। ਹੁਣ ਤਾਂ ਉਹਨਾਂ ਨੂੰ ਸੇਧ ਦੇਣੀ ਚਾਹੀਦੀ ਆ, ਉਹ ਸੀਨੀਅਰ ਆਗੂ ਹੋ ਚੁੱਕੇ ਨੇ। ਜੇ ਗੱਲ ਕੀਤੀ ਜਾਵੇ ਇੰਡੀਆ ਗੱਠਜੋੜ ਦੀ, ਤਾਂ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਮ ਆਦਮੀ ਪਾਰਟੀ ਅਤੇ ਇਹ ਨਾਲ ਜੇ ਗੱਠਜੋੜ ਹੁੰਦਾ ਤਾਂ ਕਿਵੇਂ ਦਾ ਤੁਹਾਡਾ ਆ ਜਿਹੜਾ ਰਹੂਗਾ? ਕਿਉਂਕਿ ਦੁੱਲੋ ਸਾਹਿਬ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਜੇ ਵੀ ਆਤਮਘਾਤੀ ਹੋਵੇਗਾ ਜੇ ਇੰਡੀਆ ਗੱਠਜੋੜ ਹੁੰਦਾ ਹੈਗਾ। ਦੇਖੋ ਅਸੀਂ ਵੀ ਪੰਜਾਬ ਦੇ ਵਰਕਰਾਂ ਦੀ ਨਬਜ਼ ਪਛਾਣੀ ਆ, ਲੀਡਰਾਂ ਨੇ
ਤਿੰਨ ਦਿਨ ਸਾਡੇ ਯਾਦਵ ਸਾਹਿਬ ਆਏ ਰਹੇ ਨੇ ਕਾਂਗਰਸ ਪਾਰਟੀ ਦੇ ਏਸੀਸੀ ਵੱਲੋਂ ਇੰਚਾਰਜ, ਉਹਨਾਂ ਕੋਲ ਵੀ ਪੂਰਾ ਪੱਖ ਖੁੱਲ੍ਹ ਕੇ ਬੀਸੀਸੀ ਪ੍ਰਧਾਨਾਂ ਨੇ, ਡੀਸੀਸੀ ਪ੍ਰਧਾਨ ਨੇ, MLA, XML, MP, XMP ਸਾਹਿਬਾਨ ਸਾਰਿਆਂ ਨੇ ਆਪਣੀ ਗੱਲ ਉਹਨਾਂ ਕੋਲ ਰੱਖੀ ਹੈ। ਜੋ ਸਾਡੇ ਪੰਜਾਬ ਕਾਂਗਰਸ ਦੀ ਮੰਗ ਆ ਉਹ ਬੇਵਾਕੀ ਨਾਲ ਸਾਡੇ ਇੰਚਾਰਜ ਕੋਲ ਰੱਖੀ ਆ, ਉਹ ਹੁਣ ਹਾਈਕਮਾਂਡ ਨਾਲ ਗੱਲ ਕਰਨਗੇ। ਪੰਜਾਬ ਕਾਂਗਰਸ ਤੇ ਅਸੀਂ ਸਾਰੇ ਨਹੀਂ ਚਾਹੁੰਦੇ ਇੰਡੀਆ ਅਲਾਇੰਸ 'ਚ, ਪੰਜਾਬ 'ਚ ਖਾਸ ਕਰਕੇ ਆਮ ਪਾਰਟੀ ਨਾਲ ਸਮਝੌਤਾ ਹੋਵੇ। ਤੁਸੀਂ ਦੇਖੋ ਮੁੱਖ ਮੰਤਰੀ ਜਿਹੜੇ ਬਣਾਏ ਨੇ ਪੰਜਾਬ 'ਚ ਹੈ ਜੀ, ਕੈਪਟਨ ਸਾਹਿਬ ਕਈ ਪਾਰਟੀਆਂ ਬਦਲ ਕੇ ਆਏ ਆ, ਕਈ ਅਕਾਲੀ ਦਲਾਂ 'ਚ ਘੁੰਮ ਘੁੰਮ ਕੇ ਆ ਗਏ, ਕਾਂਗਰਸ ਦਾ ਪ੍ਰਧਾਨ ਫਿਰ ਚੀਫ ਮਿਨਿਸਟਰ, ਉਹਦੇ ਬਾਅਦ ਚੰਨੀ ਸਾਹਿਬ ਆ ਗਏ, ਹੈਂ 12 'ਚ ਆਇਆ, 3 ਸਾਲ ਬਾਅਦ CLP ਦਾ ਲੀਡਰ, 12 'ਚ ਆਇਆ ਅਕਾਲੀ ਦਲ 'ਚੋਂ, ਹੈਂ ਫਿਰ PP ਪਾਰਟੀ 'ਚ ਵੀ ਸੀਗਾ, ਹੈਂਜੀ ਸਰੂਰ ਕਾਸਟ ਦਾ ਸਰਟੀਫਿਕੇਟ ਜ਼ਰੂਰ ਹੈ, ਜੰਮੇ ਕਈ ਸਾਡੇ 'ਚ ਬਹੁਤ ਜੰਮਦੇ ਨੇ ਸ਼ਡਿਊਲ ਕਾਸਟ, ਜਦ ਬੈਨੀਫਿਟ ਲੈਂਦਾ ਫਿਰ ਤਾਂ ਸਰਟੀਫਿਕੇਟ ਦਿਖਾਉਂਦੇ ਨੇ, ਜਦ ਬੈਨੀਫਿਟ ਚੇਅਰ 'ਤੇ ਆ ਜਾਂਦੇ ਨੇ ਫਿਰ ਭੁੱਲ ਜਾਂਦੇ ਨੇ। ਠੀਕ ਹੈ, ਇਹ ਜਿਹੜਾ ਕਲਚਰ ਜਿਹੜਾ ਕਾਂਗਰਸ ਨੇ ਵੀ ਕਈ ਗਲਤੀਆਂ ਕੀਤੀਆਂ ਨੇ, ਇਹੋ ਜਿਹੇ ਡਿਫੈਕਟਰਾਂ ਨੂੰ ਲਿਆ ਕੇ ਬਾਹਰੋਂ ਉਹਨਾਂ ਨੂੰ ਸਾਡੇ ਸਿਰਾਂ 'ਤੇ ਬਹਾਇਆ, ਅਤੇ ਕਾਂਗਰਸ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ। ਇਹੋ ਜਿਹੀ ਗਲਤੀ ਮੈਨੂੰ ਲੱਗਦਾ ਵੀ ਹਾਈਕਮਾਂਡ ਨਹੀਂ ਕਰੇਗੀ। ਨਹੀਂ, ਹੁਣ ਕੀ ਲੱਗਦਾ ਤੁਹਾਨੂੰ, ਨਵਜੋਤ ਸਿੰਘ ਸਿੱਧੂ ਨੇ ਜਿਹੜੇ ਲਗਾਤਾਰ ਰੈਲੀਆਂ 'ਤੇ ਰੈਲੀਆਂ ਕਰ ਰਹੇ ਨੇ, ਉੱਥੇ ਰਾਜਾ ਬੜਿੰਗ ਕਹਿ ਰਹੇ ਨੇ ਅਨੁਸ਼ਾਸਨ ਤਾਂ ਭੰਗ ਕਰ ਰਹੇ ਨੇ, ਅਤੇ ਬਾਜਵਾ ਨੇ ਵੀ ਉਹਨਾਂ ਨੂੰ ਕਿਹਾ, LOP ਦੇ ਲੀਡਰ ਨੇ ਜਿਹੜੇ, ਉਹਨਾਂ ਨੇ ਕਿਹਾ ਹੈਗਾ ਵੀ ਇਹ ਇਹਨਾਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਨੇ, ਇਹਨਾਂ ਨੇ ਪਹਿਲਾਂ ਸਾਡੀਆਂ 80 ਤੋਂ 20 ਸੀਟਾਂ 'ਤੇ ਲਿਆਤਾ ਅਤੇ ਇਹਨਾਂ ਨੇ ਖਤਮ ਕਰਕੇ ਰੱਖ ਦਿੱਤੀ ਹੈ, ਹੁਣ ਇਹ ਫਿਰ ਅਨੁਸ਼ਾਸਨਤਾ ਤੋਂ ਬਾਹਰ ਹੋ ਕੇ ਆਪਣੀ ਰੈਲੀ ਕਰ ਰਹੇ ਨੇ, ਤੁਸੀਂ ਕੀ ਦੇਖਦੇ ਹੋ? ਮੈਂ ਇੱਥੇ ਅਨੁਸ਼ਾਸਨ ਮੈਂ ਤਾਂ ਦੇਖਿਆ ਨਹੀਂ, ਸਾਡੇ ਵੇਲੇ ਤੱਕ ਅਨੁਸ਼ਾਸਨ ਰਿਹਾ ਐਸੀ ਗੱਲ ਨਹੀਂ, ਕਿਉਂਕਿ ਅਸੀਂ ਕਾਂਗਰਸ ਸਮਝਦੇ ਵੀ ਸਾਡੀ ਕਾਂਗਰਸ ਹੈ, ਮੈਂ ਕਦੇ ਨਹੀਂ ਕਿਹਾ ਵੀ ਮੇਰੀ ਕਾਂਗਰਸ ਹੈ, ਮੈਂ ਹੀ ਹਾਂ ਸਭ ਕੁਛ, ਇਹ ਤਾਂ ਉਹਦੇ ਆਏ ਗਏ ਹੈ, ਅੱਜ ਹੈ ਕੱਲ੍ਹ ਨਹੀਂ ਹੈ, ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਜਾਣਾ। ਜਿਹੜੇ ਜਿਹਨਾਂ ਕੋਲ ਕਾਂਗਰਸ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਚਾਹੀਦਾ ਵੀ ਸਾਰੇ ਕਾਂਗਰਸ ਸਾਰੇ ਪ੍ਰਧਾਨ ਨੇ ਸਾਰੀ ਹੈਗੇ ਹੈ, ਮੈਂ ਨਹੀਂ ਚਾਹੀਦੀ ਚਾਹੇ ਉਹ ਕਿਸੇ ਅਹੁਦੇ 'ਤੇ ਬੈਠਾ। ਜੇ ਹੁਣ ਮੈਂ ਦਿੱਤੇ ਆ, ਮੈਂ ਮਾਫ ਕਰਨਾ, ਇੱਥੇ ਵੀ ਖੰਨੇ 'ਚ ਵੀ ਕਈ ਵਾਰੀ ਪ੍ਰਧਾਨ ਸਾਹਿਬ ਵੀ ਆਏ ਨੇ, LOPP ਆਲੇ ਦੁਆਲੇ ਆ ਕੇ ਗਿਆ ਹੈ, ਨੇੜੇ ਆਇਆ, ਕਿਆ ਉਹ ਸਾਨੂੰ ਫੋਨ ਵੀ ਨਹੀਂ ਕਰ ਸਕਦੇ ਕਿ ਅਸੀਂ ਆ ਰਹੇ ਹਾਂ? ਦੂਲੋ ਸਾਹਿਬ, ਦੂਲੋ ਸਾਹਿਬ ਨੂੰ ਤਾਂ ਦਿੱਲੀ 'ਚ ਹੀ ਹਿੰਦੁਸਤਾਨ 'ਚ ਜਾਣਦੇ ਨੇ, ਉਹ ਕੋਲ 'ਚ ਗੱਡੀ ਲੈ ਕੇ ਲੰਘ ਜਾਂਦੇ ਨੇ, ਕਿਉਂ? ਕਿਉਂਕਿ ਇਹ ਜਿਹੜੀ ਯੰਗਰ ਜਨਰੇਸ਼ਨ ਹੈ ਕਹਿੰਦਾ, ਇਹਨਾਂ ਨੂੰ ਸਸਤੇ ਅਹੁਦੇ ਮਿਲ ਗਏ, ਮਿਹਨਤ ਜੇ ਕੀਤੀ ਹੁੰਦੀ ਫਿਰ ਪਤਾ ਲੱਗਦਾ। ਅਸੀਂ ਤਾਂ ਮਿਊਂਸੀਪਲ ਕਮਿਸ਼ਨਰ ਤੋਂ ਚੱਲੇ ਹੋਏ ਹਾਂ, ਇਹਨਾਂ ਨੂੰ ਡਾਇਰੈਕਟ ਟਿਕਟ ਮਿਲ ਗਏ, MLA ਦੀ ਬਜ਼ੁਰਗਾਂ ਦੀ ਬਦੌਲਤ ਮਿਲ ਗਏ ਕਈਆਂ ਨੂੰ, ਉਹ ਕਲਚਰ ਬਦਲ ਗਿਆ ਕਹਿੰਦਾ, ਇਸ ਕਰਕੇ ਹਾਈ ਫਾਈ ਕਲਚਰ ਹੋ ਗਿਆ ਕਾਂਗਰਸ 'ਚ, ਸਿੰਪਲੀਸਿਟੀ ਤਾਂ ਰਹੀ ਨਹੀਂ। ਇਸ ਕਰਕੇ ਜਿਹੜਾ ਜਿੱਥੇ ਤੱਕ ਸਿੱਧੂ ਦਾ ਸਵਾਲ ਹੈ, ਸਿੱਧੂ ਜੇ ਰੈਲੀ ਕਰਨ, ਜੇ ਤੁਸੀਂ ਪਟਿਆਲੇ ਰੈਲੀ ਕਰਦੇ ਹੋ ਕਾਂਗਰਸ ਪਾਰਟੀ ਪ੍ਰੋ, ਉਹਨੂੰ ਬੁਲਾਓ, ਨਹੀਂ ਆਉਂਦਾ ਉਹਨੂੰ ਘਰੋਂ ਲਿਆਓ, ਇਹ ਗੱਲਾਂ ਤਾਂ ਹੋਣੀਆਂ ਚਾਹੀਦੀਆਂ ਨਹੀਂ। ਮੈਂ 2 ਸਾਲ 'ਚ ਮੈਨੂੰ ਨਹੀਂ ਇੱਥੇ ਗਏ ਕਿੰਨੇ ਕਾਂਗਰਸ ਦੇ ਫੰਕਸ਼ਨ ਹੋਏ ਆ, ਕਦੇ ਬੁਲਾਇਆ ਨਹੀਂ ਕਿਸੇ ਨੇ, ਕਿਉਂ ਬਈ? ਇਸ ਤਰ੍ਹਾਂ ਕਾਂਗਰਸ ਮਜ਼ਬੂਤ ਹੋਜੂ, ਸਾਡੀਆਂ ਤਾਂ ਜੜ੍ਹਾਂ ਬੜੀਆਂ ਡੂੰਘੀਆਂ। ਇਹ ਤਾਂ MLA MP ਬਣਨਾ ਬੜਾ ਬਣ ਜਾਂਦਾ ਜਲਦੀ, ਲੀਡਰ ਬਣਨਾ ਬੜਾ ਔਖਾ। ਅਸੀਂ ਕੌਮ ਦੀ ਸੇਵਾ ਕਰਦੇ ਹਾਂ, ਮੈਂ ਕਦੇ ਇਹਨੂੰ ਬਿਜ਼ਨਸ ਨਹੀਂ ਬਣਾਇਆ,
MLA ਬਣਨਾ ਨਾ ਬਣਨਾ, ਮੈਂ ਤਾਂ ਕੌਮ ਪ੍ਰਸਤ ਹੈ, ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਫਾਲੋਅਰ ਹੈ, ਕਾਂਗਰਸ ਹੀ ਜ਼ਰੂਰ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਿਵੇਂ ਕਿ ਪਾਰਟੀ ਹੁਣ ਟੁੱਟਦੀ ਨਜ਼ਰ ਆ ਰਹੀ ਹੈ ਆਪਸ ਦੇ ਵਿੱਚ, ਇਹਨਾਂ ਦੀਆਂ ਜਿਹੜੀਆਂ ਦੂਰੀਆਂ ਵਧਦੀਆਂ ਰਹੇ ਨੇ ਇੱਕ ਦੂਜੇ 'ਤੇ, ਤੰਜ ਕੱਸਦੇ ਆ ਰਹੇ ਨੇ, ਇਸ ਨਾਲ ਤਾਂ ਵਰਕਰ ਵੀ ਨਿਰਾਸ਼ ਹੁੰਦਾ ਰਿਹਾ, ਕਿਉਂਕਿ ਜਿੱਥੇ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਉਹਨਾਂ ਦੇ ਕੁਛ ਹੱਕ ਦੇ ਵਿੱਚ ਬੰਦੇ ਖੜ ਜਾਂਦੇ ਨੇ, ਕੁਛ ਜਿਹੜੀ ਮੇਨ ਰਾਜਾ ਬਣਿੰਗ ਨੇ ਉਹਨਾਂ ਦੇ ਨਾਲ ਖੜ ਜਾਂਦੇ ਨੇ, ਇਹਨੂੰ ਕੀ ਦੇਖਦੇ ਹੋ ਤੁਸੀਂ, ਇਹਨਾਂ ਨੂੰ ਇਕੱਠਾ ਕਰਨ ਲਈ ਕੀ ਕੀਤਾ ਜਾਵੇ, ਕਿਉਂ ਇਲੈਕਸ਼ਨ ਵੀ ਨੇੜੇ ਆ ਰਹੀ ਹੈ 2024 ਦੀ? ਸਵਾਲ ਇਹ ਗੱਲ ਹੈ ਵੀ ਸਿੱਧੂ ਸਾਹਿਬ ਜਾ ਰਹੇ ਨੇ, ਕਿੰਨੀ ਭੀੜ ਹੁੰਦੀ ਹੈ? ਉਹ ਭੀੜ ਕਿਸੇ ਹੋਰ ਦੀ ਨਹੀਂ, ਉਹ ਜਿਹੜੇ ਪ੍ਰੋ ਕਾਂਗਰਸ ਐਲੀਮੈਂਟ ਆ ਉਹ ਨੇ। ਇਹ ਬੜੀ ਸੀਰੀਅਸ ਗੱਲ ਹੈ। ਇਹ ਜਿਹੜੀਆਂ ਲਿਮਿਟਡ ਫਰਮਾਂ ਬਣਦੀਆਂ ਕਹਿੰਦਾ ਕਾਂਗਰਸ 'ਚ, ਇਹ ਪਹਿਲਾਂ ਆਪਣੇ ਆਪ ਨੂੰ ਤੋੜਨ, ਉਹ ਕਹਿਣ ਕਾਂਗਰਸ ਸਾਡੀ ਹੈ, ਮੇਰੀ ਨਾ ਕਹਿਣ। ਇਹ ਮੇਰੀ ਮੇਰੀ ਬਹੁਤੀ ਦੇਰ ਨਹੀਂ ਚੱਲਦੀ, ਕਿਸੇ ਵੀ ਹੋਵੇ। ਠੀਕ ਹੈ, ਇੱਥੇ ਗਿਆਨੀ ਜੀ ਵੀ ਰਹੇ ਆ, ਦਰਬਾਰਾ ਸਿੰਘ ਵੀ ਰਹੇ, ਗਰੁੱਪਿਜ਼ਮ ਰਹੀ ਹੈ, ਪਰ ਆਪਸੀ ਤਾਲਮੇਲ ਜ਼ਰੂਰ ਹੁੰਦਾ ਸੀ, ਸਹਿਚਾਰ ਜ਼ਰੂਰ ਹੁੰਦਾ ਸੀ, ਰਿਸਪੈਕਟ ਜ਼ਰੂਰ ਹੁੰਦੀ ਸੀ। ਹੁਣ ਤਾਂ ਵਰਕਰ ਨੂੰ ਵੰਡਣ ਦੀ, ਹੁਣ ਤਾਂ ਮੇਰਾ ਖਿਆਲ 60% ਤਾਂ ਡਿਫੈਕਟਰ ਨੇ ਕਾਂਗਰਸ 'ਚ, ਬਾਹਰੀਆਂ ਪਾਰਟੀਆਂ 'ਚੋਂ ਆਏ ਹੋਏ ਨੇ। ਜਦੋਂ ਮੁੱਖ ਮੰਤਰੀ ਲਿਆ ਕੇ ਬਾਹਰੋਂ ਆਉਣ ਡੈਪੂਟੇਸ਼ਨ ਆਉਂਦੇ ਨੇ, ਫਿਰ ਚਲੇ ਜਾਂਦੇ ਨੇ। ਇਹਨਾਂ ਦਾ ਪਤਾ ਕੋਈ ਹੈ? ਇਹ ਤਾਂ ਸਾਡੇ ਵਰਗੇ ਆ ਜਿਹੜੇ ਪੱਕੇ ਆ ਕਾਂਗਰਸ 'ਚ, ਇਹ ਤਾਂ ਕੁਛ ਨਹੀਂ ਪਤਾ ਕਦ ਕੀ ਨੇ ਕਦ ਭੱਜ ਜਾਣਾ। ਇਹ ਅਹੁਦੇ ਨਾਲ ਲਾਲਚ ਹੈ, ਕੋਈ ਪੈਸਾ ਪੂਸਾ ਹੈਗਾ ਬਥੇਰਾ, ਗੈਰ ਕਾਨੂੰਨੀ ਧੰਦੇ ਕਰ ਕਰਕੇ ਪੈਸੇ ਬਣੇ ਹੋਏ ਨੇ। ਅੱਜ ਕੱਲ੍ਹ ਪੈਸੇ ਵੀ ਚੱਲਦੇ ਨੇ ਸਿਆਸਤ 'ਚ, ਅਹੁਦੇ ਵੀ ਪੈਸੇ ਨਾਲ ਮਿਲਦੇ ਨੇ। ਜਿਨ੍ਹਾਂ ਤੋਂ ਕਿ ਇਹ ਕਲਚਰ ਖਤਮ ਨਹੀਂ ਹੋਊਗਾ, ਕਾਂਗਰਸ ਮਜ਼ਬੂਤ ਨਹੀਂ ਹੁੰਦੀ।